ਸਾਸੀ ਕਾਲ ਜੀ ਮੈਂ ਗਗਨਦੀਪ ਸੌਂਧੀ ਪੰਜਾਬ ਮੇਲ ਯੂਐਸਏ ਟੀਵੀ ਦੇਖ ਰਿਹਾ ਹਾਂ ਸਾਰੇ ਹੀ ਦਰਸ਼ਕਾਂ ਦਾ ਯਾਨੀ ਕਿ ਸਾਨੂੰ ਦੇਖਣ ਵਾਲਿਆਂ ਦਾ ਚਾਹਣ ਵਾਲਿਆਂ ਦਾ ਤੇ ਚਾਹ ਕੇ ਮੁਸਕਰਾਉਣ ਵਾਲਿਆਂ ਦਾ ਬਹੁਤ-ਬਹੁਤ ਸਵਾਗਤ ਹੈ ਔਰ ਸਵਾਗਤ ਦੇ ਨਾਲ-ਨਾਲ ਇਹ ਵੀ ਮੈਂ ਤੁਹਾਨੂੰ ਗੱਲ ਦੱਸ ਦਿਆਂ ਕਿ ਇਹ ਪ੍ਰੋਗਰਾਮ ਦਾ ਨਾਂ ਪੰਜਾਬ ਚਰਚਾ ਹੈ ਔਰ ਪੰਜਾਬ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਫਿਰ ਸਾਨੂੰ ਲੱਗਦਾ ਹੈ ਕਿ ਹਰ ਨਗਰੀ ਹਰ ਡਗਰ ਫਰੋਲੀ ਹੈ ਪੰਜਾਬੀਆਂ ਦੀ ਪੰਜਾਬ ਪੰਜਾਬੀ ਬੋਲੀ ਦਾ ਤੇ ਬੋਲੀ ਹੈ ਪੰਜਾਬੀਆਂ ਦੀ ਸੋ ਇਸ ਬੋਲੀ ਦੇ ਉੱਤੇ ਮਾਣ ਹੁੰਦਾ ਆਪਣੀ ਬੋਲੀ ਤੇ ਕੰਗ ਮਾਣ ਹੋਣਾ ਚਾਹੀਦਾ ਹੈ ਬੋਲੇ ਜੋ ਤਾਂ ਬੰਦਾ ਤੇ ਪਛਾਣ ਹੋਣਾ ਚਾਹੀਦਾ ਸਾਡੀ ਬੋਲੀ ਸਾਨੂੰ ਦੱਸਦੀ ਹੈ ਕਿ ਅਸੀਂ ਪੰਜਾਬੀ ਆ ਸਾਡਾ ਰਹਿਣ ਸਹਿਣ ਸਾਡਾ ਪਹਿਰਾਵਾ ਸਾਡਾ ਬੈਠਣ ਉੱਠਣ ਸਭ ਕੁਝ ਉਹ ਸਾਨੂੰ ਦੱਸਦਾ ਕਿ ਅਸੀਂ ਪੰਜਾਬੀ ਆ ਪਰ ਪੰਜਾਬੀ ਦੇ ਉਦਾਹਰਣ ਜੇ ਲੈਣੀ ਹੋਵੇ ਤਾ ਮੇਰੇ ਖੱਬੇ ਹੱਥ ਜਿਹੜੇ ਬੈਠੇ ਨੇ ਉਹਨਾਂ ਕੋਲੋਂ ਵੀ ਲਈ ਜਾ ਸਕਦੀ ਆ ਸੰਜੀਵ ਜੈਸ਼ਖੰਨਾ ਜੀ ਬਿਲਕੁਲ ਜੀ ਬਹੁਤ ਬਹੁਤ ਸਵਾਗਤ ਸਤਿ ਸ੍ਰੀ ਅਕਾਲ ਔਰ ਪੰਜਾਬ ਚਰਚਾ ਦੇ ਵਿੱਚ ਅਸੀਂ ਆ ਤੁਹਾਡੇ ਨਾਲ ਮੈਂ ਤੇ ਗਗਨ ਜੀ ਤੇ ਅਸੀਂ ਗੱਲਬਾਤ ਕਰ ਰਹੇ ਆ ਪੰਜਾਬ ਦੇ ਸੱਭਿਆਚਾਰ ਦੀ ਪੰਜਾਬ ਦੇ ਮੇਲਿਆਂ ਦੀ ਪੰਜਾਬ ਦੇ ਲੱਡੂਆਂ ਦੀ ਜਲੇਬੀਆਂ ਦੀ ਪਕੌੜੀਆਂ ਦੀ ਓਏ ਹੋਰ ਕਹਿੰਦੇ ਨੇ ਕਿ ਜਿਹੜੀ ਉਹ ਬੰਟੇ ਵਾਲੀ ਬੋਤਲ ਹੁੰਦੀ ਆ ਨਾ ਬੱਤਾ ਹਾਂ ਉਹ ਬੜੀ ਕਮਾਲ ਦੀ ਚੀਜ਼ ਹੈ ਐ ਕਰਕੇ ਖੋਲਣ ਐ ਕਰਕੇ ਖੋਲੀਦਾ ਕਹਿੰਦੇ ਹਰ ਚੀਜ਼ ਦੀ ਅਸੀਂ ਮਸ਼ਹੂਰੀ ਬਣਾਉਨੇ ਆ ਐਡਵਰਟਾਈਜ਼ਮੈਂਟ ਬਣਾਉਨੇ ਆ ਕਿ ਉਹ ਬੱਤੇ ਦੀ ਬਣਾਈ ਜਾਏ ਅੱਛਾ ਕਹਿੰਦੇ ਫਿਰ ਮਾਡਲ ਕੌਣ ਲੈਣਾ ਕਹਿੰਦੇ ਆਪਣੇ ਧਰਮਿੰਦਰ ਪਾਜੀ ਆਪਣੀ ਸਟਾਈਲ ਕਹਿੰਗੇ ਬੱਤਸਾ ਪੀਓ ਖੁੱਲ ਕੇ ਜਿਓ ਸੋ ਉਹ ਚੀੜੀ ਚੀਜ਼ ਹੈ ਨਾ ਖੁੱਲ ਕੇ ਜਿਉਣਾ ਉਹ ਹੈ ਪੰਜਾਬੀਆਂ ਦੀ ਪਛਾਣ ਬਿਲਕੁਲ ਖੁੱਲ੍ਹ ਦਲੀ ਤੇ ਖੁੱਲ ਕੇ ਹੀ ਹੁਣ ਦਿੱਤੀਆਂ ਨੇ ਵੋਟਾਂ ਆਮ ਆਦਮੀ ਪਾਰਟੀ ਨੂੰ ਖੁੱਲ੍ਹ ਦਲੀ ਦੀ ਪਛਾਣ ਹੈ ਨਾ ਪੰਜਾਬੀਆਂ ਮੈਂ ਕਹਾਂ ਜੀ ਆਮ ਆਦਮੀ ਪਾਰਟੀ ਨੂੰ ਵੋਟ ਦਿੰਦੀ ਹਾਂ ਉਸ ਤੋਂ ਬਾਅਦ ਵਿੱਚ ਫਿਰ ਜਿਹੜਾ ਮੇ ਹਾਏ 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 ਫਟਕਰ ਕੋਲਾ ਦੇ ਵਿੱਚ ਮੈਂ ਕਹਿੰਦਾ ਆ ਜਾਵੀਂ ਤੂੰ ਮੇਲੇ ਨਹੀਂ ਮੇਲੇ ਚ ਮੇਲੇ ਹੋਣਗੇ ਉੱਥੇ ਮੇਲੇ ਹੋਏ ਫਿਰ ਮਿਲਗਿਲੀਆਂ ਨਿਸ਼ਾਨੀਆਂ ਉੱਥੇ ਜਿਹੜੀਆਂ ਹੈਗੀਆਂ ਵੰਡੀਆਂ ਗਈਆਂ ਨਾਲੇ ਨਮਨ ਕੀਤਾ ਉਹਨਾਂ ਨੇ ਭਗਤ ਸਿੰਘ ਦੀ ਉਸ ਧਰਤੀ ਨੂੰ ਮੈਂ ਕਹਿੰਦਾ ਵੀ ਇੱਕ ਮੈਂ ਬੋਲਦਾ ਹੁੰਦਾ ਕਿ ਕਦੇ ਆਰੇ ਤੇ ਕਦੇ ਰੰਬੀ ਤੇ ਕਦੇ ਸੁਲੀ ਤੇ ਕਦੇ ਦੰਦੀ ਤੇ ਕਦੇ ਚਰਖਣਿਆਂ ਤੇ ਦੰਦਿਆਂ ਤੇ ਕਦੀ ਸੇਜ ਵਿਛਾਉਣੀ ਕੰਡਿਆਂ ਤੇ ਕਦੇ ਸ਼ਵੀਆਂ ਤੇ ਕਦੇ ਤਵੀਆਂ ਤੇ ਕਦੇ ਤਲਵਾਰਾਂ ਦੀਆਂ ਨੋਕਾਂ ਤੇ ਕੀ ਲਫ਼ਜ਼ਾਂ ਵਿੱਚ ਬਿਆਨ ਕਰਾਂ ਜੋ ਗੁਜ਼ਰੀ ਭਗਤ ਸਿੰਘ ਦੇ ਆਸ਼ਕ ਲੋਕਾਂ ਤੇ ਭਗਤ ਸਿੰਘ ਜਿਹੜੇ ਆਸ਼ਕ ਹੋਏ ਆ ਦੇਸ਼ ਨੂੰ ਪਿਆਰ ਕਰਨ ਵਾਲੇ ਹੋਏ ਆ ਕਹਿੰਦੇ ਆ ਵੀ ਜੇ ਲੋੜ ਪਈ ਤਾਂ ਇੱਕ ਵਾਰੀ ਕਹਿ ਦਿਓ ਤੇ ਝੋਲੀ ਆਪਣੇ ਸਿਰਾਂ ਦੀ ਵੀ ਭਰ ਦਿਆਂਗੇ ਤੇ ਆਪਣੇ ਦੇਸ਼ ਦੀ ਖਾਤਰ ਕੁਝ ਵੀ ਕਰਦੇ ਹਾਂਗੇ ਬਿਲਕੁਲ ਜੀ ਇਹ ਜਜ਼ਬਾ ਹੋਣਾ ਚਾਹੀਦਾ ਹੈ ਆਜ਼ਾਦੀ ਦੀ ਸ਼ਮਾ ਦੇ ਉੱਤੇ ਭਗਤ ਸਿੰਘ ਵਰਗੇ ਪਰਵਾਨੇ ਆਪਣੇ ਆਪ ਨੂੰ ਨਛਾਵਰ ਕਰਕੇ ਗਏ ਨੇ ਬਿਲਕੁਲ ਤੇ ਅਸੀਂ ਦੇਖੋ ਉਹਨਾਂ ਦੇ ਸਦਕਾ ਸੋਖ ਦਾ ਸਾਹ ਲੈਨੇ ਆ ਆਜ਼ਾਦ ਜ਼ਮਾਨੇ ਵਿੱਚ ਸਾਹ ਲੈਨੇ ਆ ਆਪਾਂ ਬਿਲਕੁਲ ਜੀ ਤੇ ਅਸੀਂ ਚਾਹੁੰਦੇ ਆ ਕਿ ਉਹੀ ਭਗਤ ਸਿੰਘ ਦੇ ਸੁਪਨਿਆਂ ਦਾ ਪੰਜਾਬ ਹੁਣ ਫਿਰ ਤੋਂ ਉਸਾਰੀਏ ਫਿਰ ਤੋਂ ਉਹਨੂੰ ਕ੍ਰੀਏਟ ਕਰੀਏ ਆਪ ਮਾਨਸਾ ਭਾਈ ਨੇ ਕਿ ਸਾਨੂੰ ਉਮੀਦਾਂ ਜਾਗੀਆਂ ਨੇ ਜੀ ਕਿ ਹੁਣ ਕੁਝ ਨਾ ਕੁਝ ਹੋਊਗਾ ਐਸਾ ਕਿ ਜਿਹਨੂੰ ਅਸੀਂ ਕਹਾਂਗੇ ਕਮਾਲ ਹੋ ਗਿਆ ਐਸਾ ਕਮਾਲ ਹੋ ਗਿਆ ਐਸਾ ਤੇ ਜਿਹੜਾ ਇਹ ਪਰਿਵਾਰਵਾਦ ਦਾ ਚੱਲਦਾ ਸੀ ਨਾ ਪੈਸਾ ਹਮ ਹੁਣ ਇਹਦਾ ਕੀ ਬਣੂਗਾ ਕਿਉਂਕਿ ਸਭ ਥਾਂ ਤੇ ਪਈਆਂ ਹੋਈਆਂ ਨੇ ਸੋਚਾਂ ਤੇ ਸਿਰ ਦੇ ਉੱਤੇ ਮੱਧੇ ਦੇ ਉੱਤੇ ਬੋਝ ਨੇ ਟਿਉੜੀਆਂ ਪਈਆਂ ਹੋਈਆਂ ਅਫਸੋਸ ਹੈਗੇ ਨੇ ਕਿ ਇੰਨੀਆਂ ਸਹੂਲਤਾਂ ਮਿਲਦੀਆਂ ਸੀ ਅਸੀਂ ਟੈਕਸ ਪੇਅਰਸ ਦੇ ਪੈਸੇ ਦੇ ਉੱਤੇ ਖੂਬ ਮੌਜਾਂ ਲੈਂਦੇ ਸੀ ਉਹ ਚਮਚਮਾਂਦੀਆਂ ਹੋਈਆਂ ਗੱਡੀਆਂ ਲਿਸ਼ਕ ਦੇ ਲਿਸ਼ਕ ਦੇ ਕੱਪੜੇ ਚਿੱਟੇ-ਚਿੱਟੇ ਚਿੱਟ ਕੱਪੜੀ ਹੁਣ ਕਰਨਗੇ ਕੀ ਦੇ ਕੀ ਕਰਨਗੇ ਇਹ ਜਿਹੜੀਆਂ ਸੋਚਾਂ ਨੇ ਨਾ ਇਹਨਾਂ ਵਿੱਚੋਂ ਕਿਵੇਂ ਕੱਢੀਏ ਬਾਹਰ ਇਹਨਾਂ ਨੂੰ ਬਹੁਤ ਆ ਨਾ ਸੋਚਿਆਕਰ ਇੱਥੇ ਭਰੋਸਾ ਨਹੀਂ ਜਹਾਨ ਦਾ ਕੱਲ ਮੈਂ ਜਿੰਦਾ ਟੁੱਟਾ ਦੇਖਿਆ ਜਿੰਦੇ ਵਾਲੀ ਦੁਕਾਨ ਦਾ ਆਹ ਇਹ ਜਦੋਂ ਜਿੰਦੇ ਵਾਲੀ ਦੁਕਾਨ ਦਾ ਜਿੰਦਾ ਟੁੱਟਦਾ ਫਿਰ ਜਿੰਦਾ ਦੀ ਹਾਲਾਤ ਹੋਣ ਦੀ ਹੋਏ ਨਾ ਬਾਦਲ ਸਿੰਘ ਸਾਹਿਬ ਹੁਣਾਂ ਤਾਂ ਹਾਲਾਤ ਹੋਏ ਆ ਜੰਮੀ ਸਾਹਿਬ ਦੇ ਹੋਇਆ ਜਿੱਦੂ ਸਾਹਿਬ ਦੇ ਹੋਇਆ ਉਸ ਤੋਂ ਬਾਅਦ ਵਿੱਚ ਜਿੰਨਾਂ ਜਿੰਨਾਂ ਤੇ ਆਪਣੇ ਆਪਣੇ ਘਰੀ ਵਾਪਸ ਚਲ ਗਏ ਥਾਣੇ ਦੇ ਵਿੱਚ ਵਾਪਸ ਚਲ ਗਏ ਹੈਗੇ ਸਿਕਿਉਰਿਟੀ ਗਾਰਡ ਠੀਕ ਹੈ ਜੀ ਉਹਨਾਂ ਤੇ ਜਿੰਦਾਂ ਦੇ ਹਾਲਾਤ ਹੋਏ ਪਏ ਹੈ ਨਾ ਉਹਨਾਂ ਕੋਲੋਂ ਪੁੱਛ ਕੇ ਦੇਖੋ ਉਹਨਾਂ ਦੇ ਘਰਾਂ ਦੇ ਜਿੰਦੇ ਜਿਹੜੇ ਹੈਗੇ ਨਾ ਜਿੰਦਿਆਂ ਵਾਲੀ ਦੁਕਾਨ ਦਾ ਜਿੰਦਾਂ ਕਿਦਾਂ ਟੁੱਟਿਆ ਹੈ ਨਾ ਮੈਂ ਕਿਹਾ ਜੀ ਹੁਣ ਜਿੰਦਾਂ ਲਾਣ ਦੀ ਲੋੜ ਹੀ ਨਹੀਂ ਘਰਾਂ 'ਚ ਬਿਠਾ ਦਿੱਤੇ ਨੇ ਲੋਕਾਂ ਨੇ ਵੀ ਘਰ ਬੈਠੋ ਰੈਸਟ ਕਰੋ ਕਹਿੰਦੇ ਬਾਦਲਲ ਵੱਡੇ ਸਾਹਿਬ ਜਿਹੜੇ ਹੈਗੇ ਨੇ ਉਹਨਾਂ ਨੇ ਆਪਣੀ ਪੈਨਸ਼ਨ ਕਹਿੰਦੇ ਨੇ ਮੈਂ ਨਹੀਂ ਲੈਣੀ ਅੱਜਕੱਲ੍ਹ ਮਨਾ ਕਰਤਾ ਇਹ ਪਹਿਲਾਂ ਕਿ ਨਹੀਂ ਕੀਤੀ ਹੁਣ ਕਿਉਂ ਕਰਦੇ ਪਏ ਨੇ ਇਦਾਂ ਹੈਗੀ ਆ ਵੀ ਜਦੋਂ ਕਹਿੰਦੇ ਆ ਵੀ ਜਾਗ ਆਵੇ ਉਦੋਂ ਹੀ ਸਵੇਰਾ ਅੱਛਾ ਹੈਨਾ ਆਪਾਂ ਇਹਨੂੰ ਪੋਜ਼ਿਟਿਵਲੀ ਲੈ ਲੈਨੇ ਫੇਰ ਕਹਿਣਗੇ ਵੀ ਐਵੇਂ ਮਤਲਬ ਬੰਦਾ ਬੋਲੇਗਾ ਜ਼ੋਰ ਬੋਲਣਗੇ ਕਿ ਬੋਲਦਾ ਹੈ ਬਸ ਆਹ ਗੱਲ ਹੈ ਇਹੀ ਇਹੀ ਤਾਂ ਗੱਲਾਂ ਹੈਗੀਆਂ ਇਹੀ ਤਾਂ ਗੱਲਾਂ ਹੈਗੀਆਂ ਜਿਹੜੀਆਂ ਸਾਡੇ ਪੋਲੀਟਿਸ਼ੀਅਨ ਸਮਝਦੇ ਨਹੀਂ ਹੈਗੇ ਵੀ ਤੁਸੀਂ ਜਦੋਂ ਬੋਲਣਾ ਉਦੋਂ ਬੋਲਦੇ ਨਹੀਂ ਜਦੋਂ ਨਹੀਂ ਬੋਲਣਾ ਉਦੋਂ ਬੋਲਦੇ ਸੀ ਆਖੇ ਬੋਲ ਕੋ ਬੋਲਿਆ ਹੈ ਨਾ ਜੀ ਤੇ ਇਸ ਕਰਕੇ ਕਹਿੰਦੇ ਹੁੰਦੇ ਆ ਵੀ ਬਹੁਤਾ ਜ਼ਿਆਦਾ ਜਿਹੜਾ ਹੈਗਾ ਨਾ ਉਹ ਬੋਲਣਾ ਵੀ ਨਾ ਤਾਂ ਬਹੁਤਾ ਬੋਲਣਾ ਚੰਗਾ ਹੁੰਦਾ ਨਾ ਬਹੁਤੀ ਚੁੱਪ ਨਾ ਬਹੁਤੀ ਛਾਂ ਨਾ ਬਹੁਤੀ ਤੋਪ ਟੋਪ ਇਹ ਕੁਝ ਵੀ ਇਦਾਂ ਦਾ ਨਹੀਂ ਹੁੰਦਾ ਠੀਕ ਹੈ ਸੋ ਇਸ ਕਰਕੇ ਬੋਲਣ ਨਾਲੋਂ ਚੁੱਪ ਚਗੈਰੀ ਚੁੱਪ ਦੇ ਨਾਲੋਂ ਪਰਦਾ ਤੇ ਜੇ ਮਨਸੂਰ ਨਾ ਬੋਲਦਾ ਤੇ ਸੂਲੀ ਕਾ ਨੂੰ ਚੜਦਾ ਸੰਤੁਲਨ ਚਾਹੀਦਾ ਸੰਤੁਲਨ ਚਾਹੀਦਾ ਮੈਂ ਤੁਹਾਨੂੰ ਦੱਸਦਾ ਵੀ ਇਹ ਮੈਂ ਸ਼ਾਇਦ ਇਹ ਜਿਹੜੀ ਗੱਲ ਹੈਗੀ ਹੈ ਇਹ ਇਥੇ ਕਰਦਾ ਹੋਇਆ ਅਨਲ ਹੱਕ ਦੀ ਗੱਲ ਕਰਦਿਆਂ ਜੇ ਬਈ ਜੇ ਮਨਸੂਰ ਨਾ ਬੋਲਦਾ ਤੇ ਸੂਲੀ ਕਾ ਨੂੰ ਚੜਦਾ ਤੁਸੀਂ ਇਹ ਦੇਖ ਲਓ ਵੀ ਜਦੋਂ ਉਹਨਾਂ ਦੀ ਉਦਾਹਰਣ ਲਈ ਜਾਂਦੀ ਹੈ ਨਾ ਤਾਂ ਫਿਰ ਵੱਡੇ-ਵੱਡੇ ਜਿਹੜੇ ਹੈਗੇ ਹਨ ਉਹ ਸਿਰ ਵੀ ਬੜੀ ਸੰਜੀਦਗੀ ਨਾਲ ਸੋਚਣ ਵਾਸਤੇ ਮਜਬੂਰ ਹੁੰਦੇ ਆ ਵੀ ਯਾਰ ਇਸ ਤਰੀਕੇ ਨਾਲ ਇਦਾਂ ਵੀ ਹੁੰਦੀ ਆ ਬਈ ਇੱਕ ਰਾਜਾ ਸਿਗਾ ਉਹ ਮਨਸੂਰ ਜਿਹੜਾ ਸੀਗਾ ਉਹ ਆਪਣੀ ਭੈਣ ਉਹਦਾ ਉਹਦਾ ਨਾਂ ਸੀ ਐਨਲ ਹੱਕ ਐਨਲ ਹੱਕ ਹਾਂਜੀ ਐਨਲ ਹੱਕ ਉਹਦਾ ਨਾਂ ਸੀ ਤੇ ਉਹ ਰਾਤ ਨੂੰ ਜੰਗਲ ਦੇ ਵਿੱਚ ਜਾਂਦੀ ਹੁੰਦੀ ਸੀ ਕਿਉਂਕਿ ਉਹਨੂੰ ਰੱਬ ਦੀ ਭਗਤੀ ਸੀ ਪਿਆਲੇ ਪੰਜ ਉੱਤਰਦੇ ਸੀਗੇ ਹਾਂ ਠੀਕ ਹੈ ਜੀ ਤੇ ਉਸ ਵੇਲੇ ਮਤਲਬ ਉਹ ਫਿਰ ਉਹ ਪਿਆਲਾ ਜਦੋਂ ਅਮਰਤ ਦਾ ਪੀ ਕੇ ਤਾਂ ਘਰ ਆਉਂਦੀ ਹੁੰਦੀ ਸੀ ਭਗਤੀਆਂ ਕੀਤੀਆਂ ਪੁਰਾਣੇ ਲੋਕਾਂ ਨੇ ਹਾਂਜੀ ਬਿਲਕੁਲ ਸਹੀ ਗੱਲ ਐਨਲ ਹੱਕ ਜਿਹੜੀ ਹੈਗੀ ਆ ਉਹਦੇ ਭਰਾ ਨੂੰ ਕਿਤੇ ਪੈ ਗਿਆ ਸ਼ੱਕ ਅਤ ਮਨਸੂਰ ਨੂੰ ਅੱਛਾ ਮਨਸੂਰ ਨੂੰ ਪੈ ਗਿਆ ਸ਼ੱਕ ਕਹਿੰਦਾ ਵੀ ਮੇਰੀ ਭੈਣ ਜਿਹੜੀ ਹੈਗੀ ਉਹ ਗਲਤ ਹੈ ਜਿਹੜੀ ਅੱਧੀ ਰਾਤ ਨੂੰ ਬਾਹਰ ਜਾਂਦੀ ਆ ਜੰਗਲ ਦੇ ਵਿੱਚ ਹਾਂਜੀ ਅੱਛਾ ਅੱਛਾ ਤੇ ਜਦੋਂ ਉਹ ਫਿਰ ਉਹ ਉਹਨੇ ਪੈਟ ਦੱਬੀ ਫਿਰ ਹਾਂ ਨਾ ਕਰਦੇ ਹੁਣ ਦੇਖੋ ਭੈਣ ਭਰਾ ਦਾ ਰਿਸ਼ਤਾ ਹੀ ਇਹੋ ਜਿਹਾ ਹੈਗਾ ਪਿੱਛੇ ਪਿੱਛੇ ਗਿਆ ਤੇ ਜਾਂਦਾ ਜਾਂਦਾ ਪੈਟ ਦੱਬੀ ਆਪਣੀ ਭੈਣ ਦੀ ਹੌਲੀ ਹੌਲੀ ਜਾ ਕੇ ਤਾਂ ਉਹ ਜਦੋਂ ਜੰਗਲ ਦੇ ਵਿੱਚ ਦੇਖਦਾ ਉਸ ਵੇਲੇ ਉਹ ਛੁਪ ਕੇ ਦੇਖਦਾ ਉੱਪਰੋਂ 5 ਪਹਿਲੇ ਉੱਤਰਦੇ ਹੁੰਦੇ ਸੀ ਵਾਹ ਜੀ ਵਾਹ ਉਸ ਦਿਨ 6 ਉਤਰੇ ਆ ਹੂੰ ਉਸੇ ਵੇਲੇ ਜਿਹੜਾ ਹੈਗਾ ਆ ਐਨ ਐਲ ਹੱਕ ਨੇ ਆਵਾਜ਼ ਮਾਰੀ ਆ ਆਪਣੇ ਭਰਾ ਮਨਸੂਰ ਨੂੰ ਕਹਿੰਦੀ ਮਨਸੂਰ ਓਏ ਆ ਜਾ ਤੇਰਾ ਵੀ ਪਿਆਲਾ ਉੱਤਰ ਆ ਵਾਹ ਜੀ ਵਾਹ ਛੇਮਾ ਅਮਰਤ ਦਾ ਪਿਆਲਾ ਜਦੋਂ ਉਹਨੇ ਮਨਸੂਰ ਨੇ ਪੀਤਾ ਤੇ ਫਿਰ ਹਰ ਪਾਸੇ ਉਹ ਜਾ ਕੇ ਕਹਿਣ ਲੱਗ ਪਿਆ ਐਨ ਐਲ ਹੱਕ ਐਨ ਐਲ ਹੱਕ ਐਨ ਐਲ ਹੱਕ ਜਦੋਂ ਇਦਾਂ ਕਹਿਣ ਲੱਗ ਪਿਆ ਤੇ ਲੋਕਾਂ ਨੇ ਕੀ ਸਮਝਣਾ ਸੀਗਾ ਲੋਕਾਂ ਨੇ ਹੁਣ ਸੋਚ ਦੀ ਗੱਲ ਦੇਖਿਓ ਤੁਸੀਂ ਅੱਜ ਦੇ ਜ਼ਮਾਨੇ ਦੇ ਨਾਲ ਇਹਨੂੰ ਕਿਤੇ ਕੰਪੇਅਰ ਕਰਕੇ ਦੇਖਿਓ ਲੋਕਾਂ ਨੇ ਸੋਚਿਆ ਵੀ ਇਹਦੇ ਆਪਣੀ ਭੈਣ ਦੇ ਨਾਲ ਪਤਾ ਨਹੀਂ ਕਿੱਦਾਂ ਦੇ ਸਬੰਧ ਹੈਗੇ ਜਿਹੜਾ 24 ਘੰਟੇ ਆਪਣੀ ਭੈਣ ਦਾ ਨਾਂ ਦੱਸ ਜਪਦਾ ਰਹਿੰਦਾ ਤੇ ਉਸ ਵੇਲੇ ਫਿਰ ਰਾਜੇ ਨੇ ਇਹ ਜਾਰੀ ਕੀਤਾ ਆਰਡਰ ਵੀ ਤੁਸੀਂ ਇਸ ਮੁੰਡੇ ਨੂੰ ਸੂਲੀ ਚਾੜ ਦਿਓ ਆਏ ਹੋਏ ਹਾਂਜੀ ਕਿਉਂਕਿ ਇਹਦੀ ਆਪਣੀ ਭੈਣ ਦੇ ਨਾਲ ਸਬੰਧ ਜਿਹੜੇ ਹੈਗੇ ਸਹੀ ਨਹੀਂ ਇਹ ਹਰ ਵੇਲੇ ਉਹਦਾ ਨਾਂ ਧਿਆਉਂਦਾ ਰਹਿੰਦਾ ਸੋ ਇਸ ਕਰਕੇ ਬੋਲਣ ਨਾਲੋਂ ਚੁੱਪ ਚਗੇਰੀ ਚੁੱਪ ਦੇ ਨਾਲੋਂ ਵਰਦਾ ਤੇ ਜੇ ਮਨਸੂਰ ਨਾ ਬੋਲਦਾ ਤੇ ਸੂਲੀ ਕਾ ਨੂੰ ਚੜਦਾ ਮਤਲਬ ਇਹ ਤੁਹਾਡੇ ਕਹਿਣ ਦਾ ਕਿ ਸੱਚ ਜਿਹੜਾ ਬੋਲਦਾ ਉਹਨੂੰ ਸੂਲੀ ਚੜਨਾ ਪੈਂਦਾ ਸੱਚ ਨੂੰ ਵੀ ਸੂਲੀ ਚੜਨਾ ਪੈਂਦਾ ਤੇ ਦੂਜੀ ਗੱਲ ਇਹ ਵੀ ਹੈਗੀ ਆ ਵੀ ਜਿੱਥੇ ਬੋਲਣਾ ਉੱਥੇ ਬੋਲਣਾ ਏ ਨਹੀਂ ਵੀ ਤੁਸੀਂ ਬੋਲੀ ਇੰਨੀਆਂ ਕ ਗੱਲਾਂ ਕਹਿ ਕੇ ਜਦੋਂ ਹੁਣ ਮੈਂ ਤਾਂ ਬਹੁਤ ਜ਼ਿਆਦਾ ਬੋਲਦਾ ਹੈ ਨਾ ਹੁਣ ਆਪਾਂ ਇੱਥੇ ਤਾਂ ਬੋਲਣਾ ਕਿ ਇੱਥੇ ਆਪਾਂ ਚੁੱਪ ਕਰਕੇ ਬਹਿਣਾ ਮੈਂ ਤਾਂ ਚੁੱਪ ਹੀ ਰਹਿਣ ਲੱਗਾ ਸੀਗਾ ਜੀ ਬਿਲਕੁਲ ਜੀ ਮੈਂ ਤੁਹਾਨੂੰ ਦੱਸਦਾ ਵੀ ਮੈਂ ਮੈਨੂੰ ਨਾ ਪਿੱਛੇ ਮੇਰੇ ਉਸਤਾਦ ਨੇ ਕਿਹਾ ਕਹਿੰਦਾ ਵੀ ਤੁਸੀਂ ਚੁੱਪ ਰਹਿਣਾ ਐਵੇਂ ਬਹੁਤਾ ਨਾ ਬੋਲਿਆ ਕਰ ਚੁੱਪ ਰਹਿ ਕੇ ਬੋਲਿਆ ਕਰੋ ਮੈਂ ਚੁੱਪ ਮੈਂ ਬਿਲਕੁਲ ਮੈਂ ਮੈਂ ਕਹਾਂ ਨਹੀਂ ਵੀ ਉਸਤਾਦ ਦਾ ਕਹਿਣਾ ਮੰਨਣਾ ਹੈ ਨਾ ਇੱਕ ਮੁੰਡੇ ਦੇ ਸਿਰ ਦੇ ਉੱਤੇ ਇਟ ਇਦਾਂ ਉੱਪਰੋਂ ਡਿੱਗੀ ਆ ਆਪਾਂ ਨਹੀਂ ਬੋਲੇ ਆਪਾਂ ਨਹੀਂ ਬੋਲੇ ਬਿਲਕੁਲ ਚੀਕਿਆ ਬਿਲਕੁਲ ਸਿਰ ਪਾਟ ਗਿਆ ਮਤਲਬ ਫਿਰ ਕਹਿੰਦੇ ਕਹਿੰਦੇ ਕਿ ਤੂੰ ਉਹਨਾਂ ਨੂੰ ਪਤਾ ਲੱਗ ਗਿਆ ਮੈਂ ਮੁੰਡੇ ਦਾ ਸਿਰ ਪਾਟ ਗਿਆ ਇਹਦੇ ਨਾਮ ਬੋਲਣ ਕਰਕੇ ਫਿਰ ਮੈਨੂੰ ਕਹਿੰਦੇ ਕਾਕਾ ਬੋਲਿਆ ਕਰ ਫਿਰ ਮੈਨੂੰ ਕੀ ਸੀ ਮੈਂ ਜਾ ਕੇ ਵੱਡੇ ਸਾਹਮਣੇ ਬੋਲਣਾ ਸ਼ੁਰੂ ਕਰਤਾ ਬਹੁਤ ਵਧੀਆ ਕੀਤਾ ਬਹੁਤ ਵਧੀਆ ਕੀਤਾ ਤੁਸੀਂ ਦੇਖੋ ਕਹਿੰਦੇ ਕਹਿੰਦੇ ਇਹ ਨੇ ਕਿ ਜਿੱਥੇ ਬੋਲਣਾ ਉੱਥੇ ਬੋਲਣਾ ਜਿੱਥੇ ਨਹੀਂ ਬੋਲਣਾ ਉੱਥੇ ਨਹੀਂ ਬੋਲਣਾ ਸੰਤੁਲਨ ਚਾਹੀਦਾ ਠੀਕ ਹੈ ਨਾ ਇਸ ਕਰਕੇ ਚੁੱਪ ਰਹਿ ਕੇ ਬੋਲਣਾ ਜਿਹੜੀ ਚੁੱਪ ਹੈ ਨਾ ਤੁਹਾਡੀ ਉਹ ਵੀ ਬੋਲਦੀ ਹੁੰਦੀ ਹੈ ਸੋ ਇਹ ਚੀਜ਼ ਜਿਹੜੀ ਹੈ ਨਾ ਆਪਾਂ ਅੱਗੇ ਵਧਾਉਨੇ ਆ ਇਸ ਗੱਲ ਨੂੰ ਅੱਗੇ ਵਧਾ ਕੇ ਇਹ ਆ ਕਿ ਹੁਣ ਇਹ ਬਹਿ ਕੇ ਘਰੋਂ ਘਰੀ ਜਾ ਕੇ ਪਬਲਿਕ ਨੇ ਕਰ ਦਿੱਤਾ ਰਿਜੈਕਟ ਕਿ ਤੁਸੀਂ ਹੁਣ ਘਰ ਬੈਠੋ ਬਿਲਕੁਲ ਤੇ ਹੁਣ ਇਹ ਕੀ ਕਰਨ ਇਹ ਮਤਲਬ ਇਹਨਾਂ ਨੂੰ ਖੋ ਨਹੀਂ ਪੈਂਦੀ ਹੋएगी ਕਿ ਕਿਸੇ ਪਾਸੇ ਅਸੀਂ ਹਮੇਸ਼ਾ ਕੈਮਰਿਆਂ ਦੇ ਸਾਹਮਣੇ ਰਹਿੰਦੇ ਸੀ ਪੱਤਰਕਾਰ ਆਲੇ ਦੁਆਲੇ ਰਹਿੰਦੇ ਸੀ ਹੁਣ ਕਿਸੇ ਨੇ ਪੁੱਛਣਾ ਨਹੀਂ ਹੁਣ ਅਸੀਂ ਘਰ ਬੈਠੇ ਆ ਹੁਣ ਘਰ ਬੈ ਕੇ ਕਿਹੜੀ ਰਣਨੀਤੀ ਬਣਾਉਣੀ ਹੈ ਕਿਹੜੀ ਰਾਜਨੀਤੀ ਖੇਡਣੀ ਹੈ ਹੁਣ ਗੱਲ ਇਹ ਆ ਕਿ ਮਾਨ ਸਾਹਿਬ ਆਪਣੀ ਜਦੋਂ ਗੇਮ ਖੇਡਣਗੇ ਪੂਰੀ ਰਾਜਨੀਤੀ ਦੀ ਪਾਲਿਸੀ ਬਣਾਉਣਗੇ ਤੇ ਆਪਣੀ ਐਡਮਿਨਿਸਟ੍ਰੇਸ਼ਨ ਚਲਾਉਣਗੇ ਇਹ ਘਰ ਬਹਿ ਕੇ ਕੋਈ ਨਾ ਕੋਈ ਸ਼ਗੂਫਾ ਛੱਡਣਗੇ ਕਿ ਕਿਸੇ ਨਾ ਕਿਸੇ ਤਰ੍ਹਾਂ ਅੜਿੱਕਾ ਪਾਈਏ ਤੇ ਕੰਮ ਕਰਨ ਤੋਂ ਰੋਕੀਏ ਤੇ ਫਿਰ ਅਸੀਂ ਇਹਨਾਂ ਨੂੰ ਕਰੀਏ ਬਦਨਾਮ ਤੇ ਮੁੜ ਕੇ ਅਸੀਂ ਚਲਾਈਏ ਆਪਣੀ ਦੁਕਾਨ ਦੇਖੋ ਜੀ ਵਿਰੋਧੀ ਪਾਰਟੀਆਂ ਵਾਲਿਆਂ ਦਾ ਜਿਹੜਾ ਫਰਜ਼ ਹੈਗਾ ਉਹਨਾਂ ਨੇ ਅਦਾ ਕਰਨਾ ਹੀ ਕਰਨਾ ਇਹ ਉਹਨਾਂ ਦਾ ਫਰਜ਼ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਉਹਨਾਂ ਨੂੰ ਕਿਸੇ ਨੇ ਫੋਨ ਕੀਤਾ ਹੂੰ ਬਈ ਕਿੰਨੀਆਂ ਸੀਟਾਂ ਤੁਸੀਂ ਹਾਰ ਗਏ ਆ ਅੱਛਾ ਜੀ ਕਹਿੰਦੇ ਹੁਣ ਦੇਖ ਮੇਰੀ ਗੱਲ ਸੁਣ ਜਿੰਨੀਆਂ ਅਸੀਂ ਹਾਰ ਗਏ ਆ ਉਹਨਾਂ ਦੀ ਗਿਣਤੀ ਕਰਨੀ ਬਹੁਤ ਮੁਸ਼ਕਲ ਆ ਅਸੀਂ ਜਿੰਨੀਆਂ ਜਿੱਤੀਆਂ ਉਹ ਤੂੰ ਸਮਝ ਲੈ ਅੱਛਾ ਹਾਂ ਜੀ ਉਹਨਾਂ ਨੇ ਦੋ ਹੀ ਉਂਗਲਾਂ ਖੜੀਆਂ ਕੀਤੀਆਂ ਉਹ ਚਾਰ ਸੀ ਵੈਸੇ ਦੋ ਬੀਐਸਪੀ ਦੀਆਂ ਐ ਜੀ ਅੱਛਾ ਜੀ ਹਾਂ ਜੀ ਉਹ ਇੱਕ ਜਿਹੜੀ ਹੈਗੀ ਆ ਅਕਾਲੀ ਦਲ ਦੇ ਵਿੱਚ ਲਿਆ ਕੇ ਲੜੀ ਆ ਇੱਕ ਬੀਐਸਪੀ ਦੀ ਖਾਸ ਆ ਸੋ ਇਦਾਂ ਕਰਕੇ ਜਦੋਂ ਉਂਗਲਾਂ ਖੜੀਆਂ ਕੀਤੀਆਂ ਉਹਨੇ ਸਮਝਾ ਕਰੇ ਵਿਕਟਰੀ ਹੋ ਗਈ ਹੈ ਨਾ ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੇ ਵੀ ਤੰਗ ਕਰਨ ਹਾਂ ਗੱਲ ਇਹ ਹੈ ਕਿ ਮਾਝੇ ਤੋਂ ਵੀ ਇੱਕ ਮਾਲਵੇ ਤੋਂ ਵੀ ਇੱਕ ਦੁਆਬੇ ਤੋਂ ਵੀ ਇੱਕ ਮਤਲਬ 10ਾਂ ਤੋਂ ਰਿਪਰੈਜ਼ੈਂਟੇਟਿਵ ਤਾਂ ਆਗੇ ਨੇ ਨਾ ਤਿੰਨ ਇਲਾਕਿਆਂ ਤੋਂ ਮਾਝਾ ਮਾਲਵਾ ਦੁਆਬਾ ਤੋਂ ਇਹ ਤਾਂ ਤਿੰਨ ਜਣੇ ਬੈਠਣਗੇ ਨਾ ਕਹਿੰਦੇ ਸੀ ਪਹਿਲਾਂ ਤਾਂ ਜਦੋਂ ਰਿਜ਼ਲਟ ਆਊਟ ਹੋਣੇ ਸ਼ੁਰੂ ਹੋਏ ਹਾਂਜੀ ਤਾਂ ਕਹਿੰਦੇ ਵਾਵਾ ਸੀਟਾਂ ਆਉਣ ਲੱਗੀਆਂ ਨੇ ਹੋ ਸਕਦਾ ਸੂਮੋ ਦੇ ਵਿੱਚ ਸਾਰੇ ਆ ਜਾਣਗੇ ਸੂਮੋ ਬਹੁਤ ਰਹੇਗੀ ਇਹਨਾਂ ਦੇ ਵਾਸਤੇ ਵਧੀਆ ਜੇ ਤੋਂ ਹੋਰ ਸੀਟਾਂ ਕੱਟੀਆਂ ਕਹਿੰਦੇ ਚਲੋ ਕਾਰ ਤੱਕ ਆ ਜਾਈਓ ਹੁਣ ਤਾਂ ਮੇਰਾ ਲੱਗਦਾ ਕਿ ਇਹ ਸਕੂਟਰ ਤੱਕ ਹੀ ਠੀਕ ਨੇ ਉਹ ਉਹ ਸ਼ੋਲੇ ਫਿਲਮ ਵਾਲਾ ਹੀ ਮੋਟਰਸਾਈਕਲ ਠੀਕ ਹੈ ਨਾਲ ਇੱਕ ਬੱਗੀ ਹੋਵੇ ਤੀਜਾ ਬੱਗੀ 'ਚ ਬਹਿ ਜਾਈਓ ਇੱਕ ਅੱਗੇ ਪਿੱਛੇ ਬਹਿ ਜਣਗੇ ਟ੍ਰਿਪਲ ਰਾਈਡਿੰਗ ਦਾ ਵੀ ਚਲਾਨ ਨਹੀਂ ਹੋਣਾ ਕੀ ਖਿਆਲ ਹੈ ਤੁਹਾਡਾ ਚਲੋ ਕੋਈ ਗੱਲ ਨਹੀਂ ਇੰਨਾ ਵੀ ਆਪਾਂ ਕੰਨੂ ਕਰਨਾ ਹੈਗਾ ਆ ਜੇ ਅੱਜ ਸ਼ਾਮ ਹੋਈਆ ਤਾਂ ਕੱਲੂ ਸੂਰਜ ਵੀ ਚੜੂਗਾ ਜ਼ਰੂਰ ਹੈ ਰਾਤ ਤੋਂ ਜਿਹੜੀ ਹੈ ਬਿਲਕੁਲ ਸੋਚਣਾ ਚਾਹੀਦਾ ਆ 5 ਸਾਲ ਤਾਂ ਇਦਾਂ ਚਲੇ ਜਾਣੇ ਆ ਹੁਣ ਮਾਨ ਸਾਹਿਬ ਨੇ ਕੀ ਕੀਤਾ ਆ ਪਹਿਲਾਂ ਤਾਂ ਖਰਚਾ ਕਰਵਾ ਦਿੱਤਾ ਉਸ ਤੋਂ ਬਾਅਦ ਵਿੱਚ ਇੱਕ ਖਬਰ ਫਲੈਸ਼ ਹੋ ਰਹੀ ਆ ਵੀ 45 ਲੱਖ ਦਾ ਸ਼ੁੱਧ ਲਾਭ ਹੋਇਆ ਬਿਲਕੁਲ ਹੋਇਆ ਠੀਕ ਹੈ ਜੀ ਹੁਣ ਦੇਖੋ ਬਹੁਤ ਸਾਰੀਆਂ ਚੀਜ਼ਾਂ ਨੇ ਸਾਰਿਆਂ ਦੇ ਵਿਰੋਧਾਵਾਸ ਨੇ ਦੂਜੇ ਪਾਸੇ ਜਿਹੜੇ ਖਹਿਰਾ ਸਾਹਿਬ ਨੇ ਹਨਜੀ ਸੁਖਵਾਲ ਸਿੰਘ ਖਹਿਰਾ ਉਹ ਵੀ ਕੋਈ ਨਾ ਕੋਈ ਨੁਕਸ ਕੱਢਣਗੇ ਤੀਜੇ ਪਾਸੇ ਚੰਨੀ ਸਾਹਿਬ ਨੇ ਖੈਰ ਚੰਨੀ ਸਾਹਿਬ ਦੇ ਵਿੱਚੋਂ ਖੁਦ ਦੇ ਵਿੱਚੋਂ ਬਹੁਤ ਨੁਕਸ ਨਿਕਲਦੇ ਆ ਸੁਨੀਲ ਜਾਖੜ ਸਾਹਿਬ ਨੇ ਫੜ ਲਿਆ ਉਹਨਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਠੀਕ ਹੈ ਜੀ ਚੌਥੇ ਪਾਸੇ ਰਵਨੀਤ ਸਿੰਘ ਬਿੱਟੂ ਉਹਨਾਂ ਨੇ ਕਹਿ ਦਿੱਤਾ ਨਾ ਵੀ ਨਾ ਚੰਨੀ ਹੋਣਾ ਤਾਂ ਕੋਸੀ ਉਸ ਤੋਂ ਬਾਅਦ ਵਿੱਚ ਜਦੋਂ ਰਹਿੰਦੀ ਖੁੰਦੀ ਕਸਰ ਹੈਗੀ ਆ ਉਹ ਸਿੱਧੂ ਸਾਹਿਬ ਨੇ ਆਪਣਾ ਰਜ਼ਾਇਨ ਲਿਖ ਕੇ ਦੇ ਕੇ ਤਾਂ ਉਹ ਬਿਲਕੁਲ ਸੁਰਖਰੀ ਗੋਗਲੀ ਮਾਰੀ ਉਹਨਾਂ ਨੇ ਹਾਂਜੀ ਉਹ ਕਹਿੰਦੇ ਹੁੰਦੇ ਸੀਗੇ ਕਹਿੰਦੇ ਕਈ ਵਾਰੀ ਸਰਕਾਰ ਨੂੰ ਲਾਸਟ ਬਾਲ ਦੇ ਉੱਤੇ ਛਿੱਕਾ ਮਾਰਨਾ ਪੈਂਦਾ ਆਹ ਹਾਂ ਉਹਨਾਂ ਨੇ ਮਾਰ ਦਿੱਤਾ ਬਿਲ ਸਰਵਾਦੀ ਤੁਸੀਂ ਗੱਲ ਕੀਤੀ ਸੀ ਕਿ ਇਹ ਪਹਿਲੀ ਪੀੜ੍ਹੀ ਦੂਜੀ ਪੀੜ੍ਹੀ ਤੀਜੀ ਪੀੜ੍ਹੀ ਆਉਣ ਨੂੰ ਤਿਆਰ ਸੀ ਬਾਦਲਾਂ ਦੀ ਉੱਥੇ ਜਾ ਕੇ ਲੋਕਾਂ ਨੇ ਉਹ ਕਿਹਾ ਵੀ ਭਾਈ ਹੁਣ ਸਾਨੂੰ ਬਖਸ਼ ਦਿਓ ਪਹਿਨਾ ਸਾਡੇ ਬਾਬੇ ਜਿਹੜੇ ਹੈਗੇ ਕਰਦੇ ਨੇ ਗਾ ਹੁਣ ਤੁਹਾਡੇ ਛਾਂਟੀਆਂ ਵੰਡੀਆਂ ਨੂੰ ਵੋਟਾਂ ਪਾਈਏ ਹੈਨਾ ਬਿਲਕੁਲ ਜੀ ਸਹੀ ਗੱਲ ਹੈ ਆ ਦੇਖੋ ਨਾ ਹੁਣ ਤੁਸੀਂ ਲੋਕਤੰਤਰ ਦੀ ਗੱਲ ਕਰਦੇ ਹੋ ਕਰਦੇ ਤੇ ਪਾਰਟੀਆਂ ਦੇ ਵਿੱਚ ਲੋਕਤੰਤਰ ਕਿੱਥੇ ਹੈਗਾ ਕਿਤੇ ਵੀ ਨਹੀਂ ਕਰਪਸ਼ਨ ਦੀ ਗੱਲ ਕਰਦੇ ਹੋ ਪਾਰਟੀਆਂ ਦੇ ਅੰਦਰ ਕਰਪਸ਼ਨ ਹੈਗੀ ਆ ਤੇ ਅਸੀਂ ਬਾਹਰੋਂ ਕਿਵੇਂ ਦੂਰ ਕਰਨੀ ਆ ਦੇਖੋ ਹੁਣ ਮਾਨ ਸਾਹਿਬ ਕਹਿੰਦੇ ਨੇ ਕਿ ਮੈਂ ਇੱਕ ਨੰਬਰ ਰਿਲੀਜ਼ ਕਰਨਾ ਜਿਹੜਾ ਮੇਰਾ ਆਪਣਾ ਵਟਸਐਪ ਨੰਬਰ ਹੋਏਗਾ ਰਿਲੀਜ਼ ਉਹਦੋਂ ਕਰਨਾ ਜਦੋਂ ਸਾਡੇ ਸ਼ਹੀਦ ਭਗਤ ਸਿੰਘ ਜੀ ਦੀ ਵਰਸੀ ਆ ਉਹਨਾਂ ਦਾ ਸ਼ਹੀਦੀ ਦਿਵਸ ਆ ਉਸ ਦਿਨ ਇੱਕ ਨੰਬਰ ਹੋਏਗਾ ਤੁਸੀਂ ਉਸ ਨੰਬਰ ਦੇ ਉੱਤੇ ਵੀਡੀਓ ਪਾਓ ਆਡੀਓ ਜਿਸ ਬੰਦੇ ਦੇ ਖਿਲਾਫ ਤੁਹਾਨੂੰ ਕੋਈ ਰਿਸ਼ਵਤ ਦਾ ਕੋਈ ਕਰਪਸ਼ਨ ਦਾ ਕੇਸ ਮਿਲਦਾ ਮੇਰੀ ਟੀਮ ਉਹਨੂੰ ਵਾਚ ਕਰੇਗੀ ਮੋਨੀਟਰ ਕਰਾਂਗੇ 10 15 20 ਬੰਦਿਆਂ ਦੀ ਟੀਮ ਹੋਣੀ ਹੈ ਤੇ ਉਹਨਾਂ ਨੇ ਉਸ ਨੰਬਰ ਨੂੰ ਚੈੱਕ ਕਰਦੇ ਰਹਿਣਾ ਚੰਗਾ ਕਦਮ ਹੈ ਜੀ ਕਹਿੰਦੇ ਆ ਵੀ ਕਿਸੇ ਇੱਕ ਪਲੇਟ ਦੇ ਵਿੱਚ ਖੀਰ ਪਾਈ ਹੋਵੇ ਹਾਂਜੀ ਚਮਚ ਗੱਪੇ ਨਹੀਂ ਮਾਰਨਾ ਚਾਹੀਦਾ ਮੂੰਹ ਛੜਦਾ ਜੇ ਗਰਮ ਹੋਵੇ ਜੇ ਠੰਡੀ ਖੀਰ ਹੋਵੇ ਰਬੜੀ ਫਿਰਨੀ ਹੋਵੇ ਫਿਰ ਤਾਂ ਇਹ ਹੁਣ ਤੁਹਾਡਾ ਦੇਖ ਲਓ ਇਹ ਜਿਹੜਾ ਜਿਹੜਾ ਤੁਹਾਡਾ ਜਿਹੜਾ ਤੁਹਾਡਾ ਦਿਮਾਗ ਹੈਗਾ ਇਹ ਮੈਨੂੰ ਲੱਗਦਾ ਵੀ ਕਿਦਰ ਕਿਦਰ ਤੁਸੀਂ ਵਿਰੋਧੀ ਪਾਰਟੀ ਜਾ ਕੇ ਕਿ ਲੋਦਾ ਹਾਂਜੀ ਤੁਸੀਂ ਸੁਖਵੀਰ ਸਿੰਘ ਬਾਦਲ ਤੋਂ ਪ੍ਰੇਰਿਤ ਨਹੀਂ ਹੋਣਾ ਮੈਂ ਨਹੀਂ ਹੁੰਦਾ ਹਾਂਜੀ ਤੁਸੀਂ ਮਤਾਸਰ ਹੋਣਾ ਹੈ ਅੱਜ ਦੀ ਜਿਹੜੀ ਸਰਕਾਰ ਕਿਉਂਕਿ ਸੋਲੇ ਉਹਦੇ ਗਾਏ ਜਾਂਦੇ ਆ ਜਿਹੜਾ ਬਾਜ਼ਾਰਤ ਵਿੱਚ ਹੋਵੇ ਜਿਹਦਾ ਸੂਰਜ ਚੜ੍ਹਿਆ ਹੋਵੇ ਹਾਂਜੀ ਸੂਰਜ ਚੜ੍ਹਿਆ ਹੋਵੇ ਉਹਨੂੰ ਸਲਾਮਾ ਕਰ ਲਈਏ ਵਾਹ ਜੀ ਵਾਹ ਤੇ ਇਦਾਂ ਹੀ ਦੁਨੀਆ ਕਰਦੀ ਰਹੀਏ ਚਲੋ ਠੀਕ ਹੈ ਥੀਰ ਗਰਮ ਹੈ ਹਾਂਜੀ ਤੇ ਵਿੱਚ ਚਮਚ ਨਹੀਂ ਮਾਰਨਾ ਨਹੀਂ ਮਾਰਨਾ ਬਿਲਕੁਲ ਨਹੀਂ ਮਾਰਨਾ ਇਹ ਮਾਰ ਦਿੱਤਾ ਆਮ ਆਦਮੀ ਪਾਰਟੀ ਦੇ ਕੁਝ ਤਤ ਤਤੇ ਵਰਾਏ ਕਰਨੇ ਜਿਹੜੇ ਗਿੱਲੇ ਗਿੱਲੇ ਹਲੇ ਤਾਜ਼ਾ ਤਾਜ਼ੇ ਹੈ ਹਨਾ ਮੂੰਹ ਕਿ ਸੜਨਾ ਹੈਗਾ ਉਹ ਸਕੂਲ ਦੇ ਵਿੱਚ ਜਾ ਕੇ ਕਮੈਡਮ ਨੇ ਲੜ ਪਾਇਆ ਕਿੰਦੇ ਤੂੰ 40 ਮਿੰਟ ਲੇਟ ਆਈਆਂ ਅੱਤੇ ਛਾਪੇ ਮਾਰਦੇ ਪਏ ਨੇ ਛਾਪੇ ਮਾਰਦੇ ਪਏ ਨੇ ਇੱਕ ਜਣੇ ਨੇ ਤਾਂ ਜਾ ਕੇ ਸਿੱਧੀ ਸਕੂਲ ਦੀ ਛੱਤ ਚੈੱਕ ਕੀਤੀ ਸਭ ਤੋਂ ਪਹਿਲਾਂ ਅੱਛਾ ਇਹ ਬਾਣੀ ਕਾਦੀ ਹੈ ਜੀ ਪੂੜੀ ਲਾ ਕੇ ਚੜੇ ਅਸੀਂ ਪੂੜੀ ਲਾ ਕੇ ਉੱਥੇ ਖੜਕਾ ਖੜਕਾ ਕੇ ਦੇਖਿਆ ਵੀ ਇਹ ਲੈਂਟਰ ਸਹੀ ਆ ਹੁਣ ਤੁਸੀਂ ਦੱਸੋ ਜਦੋਂ ਇੰਨਾ ਜਜ਼ਬਾ ਹੋਵੇ ਦਿਲ ਦੇ ਵਿੱਚ ਮੈਂ ਇਹ ਨਹੀਂ ਕਹਿੰਦਾ ਵੀ ਇਹਦਾ ਇੱਕ ਪੱਖ ਆਪਾਂ ਦੇਖੀਏ ਦੂਜਾ ਪੱਖ ਦੇਖੀਏ ਤੇ ਇੱਕ ਬੰਦਾ ਸਾਈਕਲ ਦੇ ਉੱਤੇ ਜਾ ਕੇ ਆਪਣੀ ਸੇਵਾ ਮਾ ਦਿੰਦਾ ਆ ਉਹ ਐਮਐਲਏ ਸਾਹਿਬ ਉਹ ਕਹਿੰਦੇ ਆ ਵੀ ਮੈਂ ਰਹਿਣਾ ਹੀ ਸਾਈਕਲ ਤੇ ਆ ਜੋ ਮਰਜ਼ੀ ਕਰ ਲੋ ਲਾਭ ਸਿੰਘ ਉਗੋ ਦੀ ਮਾਂ ਜਿਹੜੀ ਹੈਗੀ ਉਹ ਕਹਿੰਦੀ ਮੈਂ ਸਾਈਕਲ ਆਪਣੇ ਸਕੂਲ ਦੇ ਵਿੱਚ ਉਸੇ ਤਰ੍ਹਾਂ ਨਾਲ ਝਾੜੀ ਆਪਣੇ ਬਹਾਰੀ ਵਗੈਰਾ ਝਾੜੂ ਵਗੈਰਾ ਫੇਰੂੰਗੀ ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਚੀਜ਼ਾਂ ਸਾਨੂੰ ਸਿਖਾਉਂਦੀਆਂ ਆ ਵੀ ਇਹ ਬੰਦੇ ਜਿਹੜੇ ਹੈਗੇ ਇਹ ਆਮ ਨੇ ਬਿਲਕੁਲ ਇਹ ਇਹ ਬੰਦੇ ਖਾਸ ਤਾਂ ਹੀ ਬਣਦੇ ਆ ਜੇ ਇਹ ਆਮ ਬਣ ਕੇ ਰਹਿਣਗੇ ਤਾਂ ਸੋ ਇਹ ਆਮ ਹੋਣਾ ਇਹਨਾਂ ਦਾ ਜਿਹੜਾ ਹੈ ਇਹਨਾਂ ਨੂੰ ਖਾਸ ਬਣਾ ਦੂਗਾ ਸੋ ਇਹ ਚੀਜ਼ਾਂ ਸਾਨੂੰ ਚਾਹੀਦੀਆਂ ਸੀਗੀਆਂ ਸਾਡੇ ਲੋਕਾਂ ਦੀ ਡਿਮਾਂਡ ਸੀ ਉਹਨਾਂ ਦੀ ਮੰਗ ਸੀ ਔਰ ਉਹ ਮੰਗ ਹੁਣ ਪੂਰੀ ਹੋ ਗਈ ਆ ਬਾਕੀ ਰਹੀ ਗੱਲ ਹੁਣ ਕਲਾਕਾਰਾਂ ਦੀ ਜਾਂ ਫਿਰ ਦੂਜੇ ਪਾਸੇ ਆਪਾਂ ਗਈਏ ਗੱਲ ਰਾਜ ਸਭਾ ਦੇ ਕੁਝ ਮੈਂਬਰ ਵੀ ਆਪਾਂ ਭੇਜਣੇ ਹੈਗੇ ਆ ਪੰਜਾਬ ਦੇ ਵੱਲੋਂ ਜਾਣ ਤਾਂ ਹੋਰ ਵੀ ਵਧੀਆ ਬਿਲਕੁਲ ਗਰਜਨ ਸਿੰਘ ਭੱਜੀ ਉਹਨਾਂ ਦਾ ਨਾਮ ਵੀ ਜਿਹੜਾ ਹੈਗਾ ਉਹ ਉਹ ਰეკਮੈਂਡ ਹੁੰਦਾ ਪਿਆ ਨਾਲ ਦੀ ਨਾਲ ਗੱਲ ਇਹ ਹੈ ਕਿ ਜੇ ਪੰਜਾਬ ਤੋਂ ਜਾਣਗੇ ਨਾ ਤਾਂ ਉਹਨਾਂ ਨੂੰ ਪੰਜਾਬ ਦਾ ਦੁੱਖ ਦਰਦ ਪਤਾ ਹੋਣਾ ਤਾਂ ਜਾ ਕੇ ਉਹ ਪੰਜਾਬ ਦੀ ਆਵਾਜ਼ ਬੁਲੰਦ ਕਰਨਗੇ ਜੇ ਕੋਈ ਬਾਹਰੋਂ ਆ ਗਿਆ ਤੇ ਫਿਰ ਕੀ ਕਰਾਂਗੇ ਫਿਰ ਤਾਂ ਸਾਡੀ ਉਹ ਗੱਲ ਹੀ ਨਹੀਂ ਸੁਣਦਾ ਸਾਡੀ ਤਾਂ ਗੱਲ ਸਮਝਦਾ ਹੀ ਨਹੀਂ ਸਾਡੀ ਰਗ ਨਹੀਂ ਪਛਾਣਦਾ ਸਾਡੇ ਮਨ ਨੂੰ ਨਹੀਂ ਜਾਣਦਾ ਤੇ ਫਿਰ ਉਹ ਸਾਡੀ ਗੱਲ ਕਿਵੇਂ ਕਰ ਸਕਦਾ ਉਹਨੇ ਤੇ ਆਪਣੇ ਪਿੰਡੇ ਤੇ ਹੰਡਾਇਆ ਹੀ ਨਹੀਂ ਉਹ ਦੁੱਖ ਜਿਹੜਾ ਪੰਜਾਬੀਆਂ ਦਾ ਦੁੱਖ ਹੈ ਇਸ ਕਰਕੇ ਪੰਜਾਬ ਵਿੱਚ ਨਾ ਚਾਹੀਦਾ ਕੋਈ ਤਾਂ ਹੋਵੇ ਪੰਜਾਬ ਦੀ ਗੱਲ ਕਰਨ ਵਾਲਾ ਪੰਜਾਬੀਆਂ ਦੀ ਤਾਂ ਗੱਲ ਹੀ ਬੜੀ ਖੂਬਸੂਰਤ ਆ ਹਮੇਸ਼ਾ ਉਹਨਾਂ ਨੇ ਸਾਂਝੀ ਵਾਲਤਾ ਦੀ ਗੱਲ ਕਰਨੀ ਆ ਸਰਬੱਤ ਦੇ ਭਲੇ ਦੀ ਗੱਲ ਕਰਨੀ ਆ ਜਿੱਥੇ ਵੀ ਜਾ ਕੇ ਖੜਨਗੇ ਉਹ ਸਭ ਦੀ ਗੱਲ ਕਰਨਗੇ ਸੋ ਇਸ ਪੁਆਇੰਟ ਤੇ ਆਪਾਂ ਲੈਣੇ ਆ ਕਿ ਜਿਹੜੇ ਆ ਚੀਜ਼ ਚੱਲਦੀ ਪਈ ਐ ਕਿ ਜਿਹੜੀ ਰਾਜ ਸਭਾ ਦੇ ਵਿੱਚ ਜਾਣ ਵਾਸਤੇ ਗਵਾਇਤ ਹੋਣੀ ਆ ਉਹਦੇ ਵਿੱਚ ਸੁਣਿਆ ਕਿ ਆਮ ਆਦਮੀ ਪਾਰਟੀ ਚਾਹੁੰਦੀ ਐ ਕਿ ਦਿੱਲੀ ਤੋਂ ਕੁਝ ਲੋਕ ਆ ਜਾਣ ਉੱਥੋਂ ਦੇ ਲੀਡਰ ਆ ਜਾਣ ਜਿਹੜੇ ਬੈਠਣਗੇ ਪੰਜਾਬ ਦੇ ਪ੍ਰਤੀਨਿਧੀ ਬਣ ਕੇ ਰਾਜ ਸਭਾ ਦੇ ਵਿੱਚ ਕੀ ਸੋਚਦੇ ਹੋ ਦੇਖੋ ਗੱਲ ਇਦਾਂ ਹੈ ਕਿ ਜੇ ਆਮ ਆਦਮੀ ਪਾਰਟੀ ਨੂੰ ਪੂਰੇ ਦਾ ਪੂਰਾ ਜਿਹੜਾ ਹੈਗਾ ਯਾਰ ਹੁਕਮ ਰਾਨ ਅਸੀਂ ਬਣਾਇਆ ਤੇ ਭਾਈ ਤੁਸੀਂ ਹੁਕਮ ਆਪਣਾ ਕਰੋ ਹੂੰ ਹੂੰ ਤੁਸੀਂ ਹੁਕਮ ਕਰੋ ਅਸੀਂ ਅਦਿੱਲ ਹੈਗੇ ਆ ਤੁਹਾਡੇ ਉਹਦੀ ਉਦooli ਕੀਤੀ ਜਾਊ ਬਿਲਕੁਲ ਸਹੀ ਆ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈਗੀਆਂ ਪੰਜਾਬੀਆਂ ਨੇ ਭਰਮਾ ਪਿਆਰ ਦਿੱਤਾ ਹੁਣ ਉਹਨਾਂ ਨੂੰ ਚਾਹੀਦਾ ਵੀ ਨਿਗਾ ਜਿਹੜੀ ਹੈ ਉਹ ਸਿਰਫ ਪੰਜਾਬ ਤੇ ਰੱਖਣ ਏ ਨਾ ਹੋਵੇ ਵੀ ਤੁਸੀਂ ਕਦੀ ਦਿੱਲੀੋਂ ਕਦੀ ਬੰਬੇੋਂ ਤੇ ਕਦੀ ਗੁਜਰਾਤੀ ਵੇ ਤੂੰ ਘਰ ਨਾ ਠਹਿਰਦਾ ਵੇ ਕਦੀ ਤੂੰ ਬੰਬੇ ਕਦੀ ਗੁਹਾਟੀ ਉਹ ਡਰਾਈਵਰਾਂ ਵਾਲੀ ਗੱਲ ਨਾ ਕਰ ਕਿਉਂਕਿ ਡਰਾਈਵਰ ਤਾਂ ਵਿਚਾਰੇ ਮਜਬੂਰ ਹੁੰਦੇ ਆ ਉਹਨਾਂ ਨੂੰ ਘਰ ਛੱਡ ਕੇ ਜਾਣਾ ਪੈਂਦਾ ਕਦੀ ਦਿੱਲੀ ਕਦੀ ਗੁਹਾਟੀ ਪਰ ਇਹ ਜਿਹੜੇ ਹੈਗੇ ਤਾਂ ਘਰ ਦੇ ਵਿੱਚ ਬੈਠ ਕੇ ਆਪਣਾ ਕੰਮ ਕਰ ਸਕਦੇ ਨਾ ਆਪਣੀ ਘਰਦਿਆਂ ਨੂੰ ਕਿਉਂ ਨਹੀਂ ਤੁਸੀਂ ਦੇਖਦੇ ਆਪਣੇ ਪੰਜਾਬੀਆਂ ਨੂੰ ਕਿਉਂ ਨਹੀਂ ਤੁਸੀਂ ਦੇਖਦੇ ਐਹੀ ਤਾਂ ਗੱਲ ਕਹਿੰਦੇ ਨੇ ਜਿਵੇਂ ਉਹ ਅੰਗਰੇਜ਼ੀ 'ਚ ਕਹਿੰਦੇ ਨੇ ਨਾ ਯੂ ਮਸਟ ਮੈਟਰ ਆਦਰਵਾਇਜ਼ ਯੂ ਆਰ ਯੂਸਲੈਸ ਯੂ ਆਰ ਵੈਜੀਟੇਬਲ ਤਾਂ ਇਸ ਕਰਕੇ ਜੋ ਬੈਠੇ ਨੇ ਉਹਨਾਂ ਦੇ ਵੱਲ ਤੱਕੋ ਅੜੇ ਬੜੇ ਕਾਬਿਲ ਲੋਕ ਬੈਠੇ ਨੇ ਯਾਰ ਪੰਜਾਬ ਦੇ ਵਿੱਚ ਬੜੀ ਇੰਟੈਲੀਜੈਂਸੀਆ ਬੈਠਾ ਹੈ ਉਹ ਪਤਾ ਨਹੀਂ ਕੀ ਦਾ ਕੀ ਕਮਾਲ ਕਰਕੇ ਦਿਖਾ ਸਕਦਾ ਚਾਂਸ ਤਾਂ ਦਿਓ ਉਹਨਾਂ ਨੂੰ ਤੁਸੀਂ ਆਹ ਕੀ ਕਰਨ ਲੱਗਿਓ ਨਾਲ ਦੇ ਨਾਲ ਜਿਹੜੇ ਪੰਜਾਬ ਦੇ ਮਸਲੇ ਨੇ ਆਜ਼ਾਦੀ ਤੋਂ ਤੁਰੇ ਆ ਰਹੇ ਨੇ ਉਹਨਾਂ ਮਸਲਿਆਂ ਨੂੰ ਸਮਝਣਾ ਉਹਨਾਂ ਮਸਲਿਆਂ ਨੂੰ ਹੱਲ ਕਰਨਾ ਇਹ ਬੜੀ ਟੇਢੀ ਖੀਰ ਹੈ ਤੁਸੀਂ ਖੀਰ ਦੀ ਗੱਲ ਕੀਤੀ ਨਾ ਮੇਰਾ ਫਿਰ ਧਿਆਨ ਖੀਰ ਵਾਲੇ ਜਾਂਦਾ ਪਿਆ ਇਹ ਬੜੀ ਟੇਢੀ ਖੀਰ ਹੈ ਇਹ ਸਮਝਣਾ ਪਊਗਾ ਭਾਵੇਂ ਤੁਸੀਂ ਦਿੱਲੀ ਤੋਂ ਚਲਾਉਣੀ ਹੈ ਇਹ ਸਰਕਾਰ ਸਾਰੀ ਡਬਲ ਇੰਜਨ ਸਰਕਾਰ ਹੋ ਗਈ ਨਾ ਕਿ ਇੱਥੇ ਵੀ ਆਮ ਆਦਮੀ ਪਾਰਟੀ ਤੇ ਦਿੱਲੀ ਵੀ ਆਮ ਆਦਮੀ ਪਾਰਟੀ ਤੇ ਉੱਥੋਂ ਸਾਰੀਆਂ ਇਨਸਟਰਕਸ਼ਨਸ ਆਉਣੀਆਂ ਨੇ ਇਹ ਡਬਲ ਇੰਜਨ ਫੇਲ ਨਾ ਹੋ ਜਾਏ ਇਸ ਕਰਕੇ ਇਹ ਜਿਹੜੀ ਚੀਜ਼ ਹੈ ਤੁਹਾਨੂੰ ਸਮਝ ਨਹੀਂ ਪਾਏਗੀ ਕਿ ਪੰਜਾਬ ਦਾ ਲੋਕ ਮਨ ਹੈ ਕੀ ਬਿਲਕੁਲ ਲੋਕਾਂ ਦੇ ਮਨਾਂ ਨੂੰ ਸਮਝਣਾ ਪੈਣਾ ਬਿਲਕੁਲ ਸਮਝਣਾ ਪੈਣਾ ਆਧਾਰਨ ਇਹ ਲੈਣੀ ਪੈਣੀ ਹੈ ਕਿ ਇੱਕ ਵਾਰੀ ਦੀ ਗੱਲ ਹੈਗੀ ਹੈ ਵੀ ਇੱਕ ਬੰਦੇ ਨੂੰ ਮਿਲਣਾ ਦਾ ਸੀਗਾ ਕੰਮ ਹੂੰ ਉਹ ਸੀਗਾ ਬੇਰੋਜ਼ਗਾਰ ਅੱਛਾ ਉਹ ਕਹਿੰਦਾ ਵੀ ਹੁਣ ਮੈਂ ਕਰਾਂ ਤਾਂ ਕਰਾਂ ਕੀ ਉਹਨ ਕੀ ਕੀਤਾ ਇੱਕ ਲਈ বীਣ ਹੂੰ ਤੇ ਇੱਕ ਲਈ ਸੱਪ ਉਹਨ ਕੀ ਕੀਤਾ ਆਪਣਾ ਸੱਪ ਜਿਹੜਾ ਹੈਗਾ ਲੋਕਾਂ ਦੇ ਘਰਾਂ ਚ ਛੱਡਣਾ বীਣ ਵਜਾਉਣੀ 500 ਰੁਪਏ ਲੈਣਾ ਵਾਹ ਜੀ ਵਾਹ ਕਮਾਲ ਹੋ ਗਿਆ ਹਫਤਾ ਇੱਕ ਕੰਮ ਜਿਹੜਾ ਹੈਗਾ ਬੜਾ ਵਧੀਆ ਉਹ ਕੀ ਕਰਦਾ ਸੀਗਾ ਸੱਪ ਛੱਡਦਾ ਸੀਗਾ বীਣ ਵਜਾਉਂਦਾ ਸੀਗਾ ਸੱਪ ਫੜ ਲਿਆ ਆਪਣਾ ਹੀ ਸੱਪ ਆਪਣਾ ਹੀ ਸੱਪ ਇਹਨਾਂ ਤੇ ਫੇਰ বীਣ ਵਜਾਉਣੀ ਸੱਪ ਨਹੀਂ ਆ ਜਾਣਾ ਇੱਕ ਦਿਨ ਕੀ ਹੋਇਆ ਉਹਨੇ ਸੱਪ ਛੱਡਿਆ ਚਲਾ ਗਿਆ ਤੇ ਉਥੇ ਰੋਲੀ ਪੈ ਗਈ ਝਾਪਿਆ 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 ਕਹਿੰਦਾ ਦਿਓ 500 ਰੁਪਏ ਮੈਂ ਫੜ ਲੈਣਾ ਇਹ ਕਿਹੜੀ ਗੱਲ ਆ ਬੀਨ ਵਜਾਈ ਮੂਹਰੇ ਦੋ ਸੱਪ ਨੇ ਪਿੜੇ ਵਾਹ ਜੀ ਵਾਹ ਹੁਣ ਕਹਿੰਦੇ ਜੋਗੀ ਜੀ ਫੜੋ ਕਹਿੰਦਾ ਮੈਂ ਆਪਣਾ ਫੜਦਾ ਤੁਸੀਂ ਆਪਣਾ ਫੜੋ ਆਹ ਹੋਈ ਗੱਲ ਵੈਸੇ ਬੇਰੋਜ਼ਗਾਰੀ ਦੀ ਗੱਲ ਨਾ ਨਾ ਹਾਂਜੀ ਇਹ ਜਿਹੜੀ ਬੇਰੋਜ਼ਗਾਰੀ ਦੀ ਗੱਲ ਦੇ ਨਾਲ ਤਾਂ ਤੁਸੀਂ ਰਿਲੇਟ ਕਰੋ ਹੀ ਕਰੋ ਪਰ ਇਹ ਜਿਹੜੀ ਆਮ ਆਦਮੀ ਪਾਰਟੀ ਆ ਜਿਹਾਂ ਸਾਡੇ ਹੁਕਮਰਾਨ ਹੁਣ ਤੱਕ ਦੇ ਹੈਗੇ ਆ ਉਹ ਇਸੇ ਤਰ੍ਹਾਂ ਦੇ ਨਾਲ ਕਰਦੇ ਆਏ ਆ ਬਿਲਕੁਲ ਆ ਬੇਰੋਜ਼ਗਾਰੀ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਪਤਾ ਨਹੀਂ ਲੋਕਾਂ ਕੀ ਕੀ ਤੰਦੇ ਕਰਨੇ ਪੈਂਦੇ ਨੇ ਆਪਣੀ ਰੋਜ਼ੀ ਰੱਟੀ ਚਲਾਉਣ ਵਾਸਤੇ ਆ ਇੱਕ ਗੱਲ ਮੈਨੂੰ ਵੀ ਚੇਤੇ ਆ ਗਈ ਇੱਕ ਮੁੰਡਾ ਨਿਕਲਿਆ ਬੇਰੋਜ਼ਗਾਰ ਕਿਉਂਕਿ ਸਾਡੇ ਮੁਲਕ ਵਿੱਚ ਨਾ ਕੰਮ ਲੱਭਣਾ ਵੀ ਇੱਕ ਕੰਮ ਹੈ ਕੰਮ ਹੈ ਹੈਨਾ ਇਸ ਕੰਮ ਨੂੰ ਤਾਂ ਸਭ ਤੋਂ ਇੰਪੋਰਟੈਂਟ ਸਮਝਿਆ ਜਾਂਦਾ ਅੱਜ ਦੇ ਹਾਲਾਤ ਦੇ ਵਿੱਚ ਉਹ ਘਰ ਬੈਠਾ ਗਾਲਾਂ ਖਾਈ ਜਾਵੇ ਕੋਈ ਕੰਮ ਕਰਿਆ ਕਰ ਹੁਣ ਵਿਚਾਰੇ ਨੂੰ ਕੰਮ ਮਿਲੇ ਤਾਂ ਕਰੇ ਉੱਠ ਕੇ ਘਰੋਂ ਬਾਹਰ ਨਿਕਲ ਗਿਆ ਹਾਂ ਤੁਰਦਾ ਤੁਰਦਾ ਇੱਕ ਥਾਂ ਤੇ ਨਾ ਸਰਕਸ ਲੱਗੀ ਹੋਈ ਸੀ ਅੱਛਾ ਉਹਨੇ ਦੇਖਿਆ ਚਲੋ ਥੋੜਾ ਟਾਈਮ ਪਾਸ ਕਰਦੇ ਆ ਇੱਥੇ ਵੀ ਕਰਨਾ ਚਾਹੀਦਾ ਜਿਵੇਂ ਸਾਡੇ ਦਲ ਬਦਲੂ ਹੁੰਦੇ ਨੇ ਇੱਕ ਪਾਰਟੀ ਛੱਡ ਕੇ ਦੂਜੀ ਪਾਰਟੀ ਜਾਂਦੇ ਨੇ ਟਾਈਮ ਪਾਸ ਕਰਦੇ ਨੇ ਫਿਰ ਆਪਣੀ ਪਾਰਟੀ ਮਦਰ ਪਾਰਟੀ 'ਚ ਮੁੜ ਕੇ ਆ ਜਾਂਦੇ ਨੇ ਚਲੋ ਜੀ ਢੇੜਾ ਲਾ ਕੇ ਆ ਗਏ ਉਹ ਉਹ ਵੀ ਟਾਈਮ ਪਾਸ ਕਰਦਾ ਪਿਆ ਕਿਤੇ ਸ਼ੇਰ ਦੇ ਪਿੰਜਰੇ ਕੋਲ ਕਦੀ ਹਾਥੀਆਂ ਕੋਲ ਉੱਥੇ ਇੱਕ ਨਿੱਕਾ ਜਿਹਾ ਜੋਕਰ ਅੱਛਾ ਆਪਣੇ ਇੱਕ ਪਹੀਏ ਵਾਲੇ ਸਾਈਕਲ ਤੇ ਉੱਥੇ ਆ ਗਿਆ ਚਲਾਉਂਦਾ ਚਲਾਉਂਦਾ ਤੂੰ ਕੀ ਕਰਦਾ ਇੱਥੇ ਕਹਿੰਦਾ ਕੁਝ ਨਹੀਂ ਯਾਰ ਬੇਜ਼ਰ ਜ਼ਗਾਰ ਹੈ ਕਿ ਹਾਂ ਬੇਰੋਜ਼ਗਾਰੀ ਨੇ ਬੁਰੀ ਹਾਲਤ ਕੀਤੀ ਹੋਈ ਹੈ ਘਰ ਦੇ ਘਰ ਨਹੀਂ ਟਿਕਣ ਦਿੰਦੇ ਬਾਹਰੋਂ ਵੀ ਜੁੱਤੀਆਂ ਘਰੋਂ ਵੀ ਜੁੱਤੀਆਂ ਮੈਂ ਕਿਹਾ ਚੱਲ ਥੋੜਾ ਟਾਈਮ ਪਾਸ ਕਰੀਏ ਇਹਨਾ ਕੰਮ ਕਰੇਗਾ ਹੂੰ ਕਹਿੰਦਾ ਹਾਂ ਕਰੂੰਗਾ 500 ਰੁਪਏ ਰੋਜ਼ ਦਾ ਕਹਿੰਦਾ ਕਮਾਲ ਹੋ ਗਈ ਦੇਖੋ ਕੰਮ ਕਹਿੰਦਾ ਆ ਜਾ ਮੇਰੇ ਨਾਲ ਅੱਛਾ ਜੀ ਚਲਾ ਗਿਆ ਜੀ ਉਹਦੇ ਨਾਲ ਉੱਥੇ ਜਾ ਕੇ ਮੈਨੇਜਰ ਨੂੰ ਕਹਿੰਦਾ ਬੰਦਾ ਲੈ ਆਇਆ ਕੰਮ ਦੇ ਦਿਓ ਨਿਕਲ ਗਿਆ ਆ ਉਹ ਕਹਿੰਦਾ ਤੂੰ ਕਿੱਥੇ ਚੱਲਿਆ ਕਹਿੰਦਾ ਗੱਲ ਕਰੋ ਮੈਨੇਜਰ ਨਾਲ ਮੇਰੇ ਕੋਲ ਟਾਈਮ ਨਹੀਂ ਹੈਗਾ ਜੋਕਰ ਗਿਆ ਉਧਰ ਓਕੇ ਮੈਨੇਜਰ ਕਹਿੰਦਾ ਕੰਮ ਕਰੋਗੇ ਕਹਿੰਦਾ ਹਾਂਜੀ ਕਰਾਂਗੇ 500 ਰੁਪਏ ਰੋਜ਼ ਕਹਿੰਦਾ ਕਰਨਾ ਕੀ ਆ ਤਾਂ ਦੱਸੋ ਜੀ ਜੀ ਮੈਨੇਜਰ ਕਹਿੰਦਾ ਜਿਹੜਾ ਸਾਡਾ ਭਾਲੂ ਹੈ ਨਾ ਉਹ ਹੋ ਗਿਆ ਬਿਮਾਰ ਉਹ ਤੇ ਹੁਣ ਤੂੰ ਭਾਲੂ ਦੇ ਡਰੈਸ ਪਾ ਕੇ ਖੱਲ ਪਾ ਕੇ ਨੱਚਣਾ ਭਾਲੂ ਵਾਕਣ ਸਾਰੀਆਂ ਆਈਟਮਾਂ ਕਰਨੀਆਂ ਕਿਉਂਕਿ ਸਾਡਾ ਉਹ ਸ਼ੋਅ ਬੜਾ ਹਿੱਟ ਹੈ ਓਕੇ ਤੇ ਤੂੰ ਉਹ ਸ਼ੋਅ ਨਹੀਂ ਫਲॉप ਹੋਣ ਦੇਣਾ ਕਹਿੰਦਾ ਨਾਲੀ ਕੋਈ ਨਹੀਂ ਉਹ ਤਾਂ ਜੀ ਖੱਲ ਪਾ ਕੇ ਭਾਲੂ ਤੋਂ ਵੱਧ ਨੱਚੇ ਹਾਂ ਬੱਚੇ ਬੜੇ ਖੁਸ਼ ਅੱਛਾ ਤੇ ਪਿਛਲੀ ਗੱਲ ਦੱਸੀ ਨਹੀਂ ਹਾਂ ਆਖਰੀ ਆਈਟਮ ਸੀ ਸ਼ੇਰ ਦੇ ਨਾਲ ਉਹ ਖਾ ਦਿੱਤਾ ਸਟੂਲ ਤੇ ਹਾਂਜੀ ਤੇ ਨਾਲ ਦੇ ਸਟੂਲ ਤੇ ਬਿਠਾਤਾ ਸ਼ੇਰ ਨੂੰ ਅੱਛਾ ਜੀ ਸ਼ੇਰ ਜਦੋਂ ਧਾੜਿਆ ਤੇ ਇਹਦਾ ਤੇ ਪਸੀਨਾ ਨਿਕਲਿਆ ਮਰ ਗਿਆ ਵੀ ਅੱਜ ਤਾਂ ਹੋ ਗਈ ਛੁੱਟੀ ਸ਼ੇਰ ਤਿੰਨ ਚਾਰ ਵਾਰੀ ਧਾੜਿਆ ਇਹਦੀ ਬੁਰੀ ਹਾਲਤ ਹੂੰ ਤੇ ਸ਼ੇਰ ਨਾ ਹੋਲੀ ਜੀ ਹੋ ਕੇ ਨੇੜੇ ਕਹਿੰਦਾ ਓਏ ਮਨੋਜ ਕਬਰਾਂ ਨਾ ਮੈਂ ਸੁਭਾਸ਼ ਹਾਂ ਮੈਂ ਵੀ ਖਾਲੀ ਪਾਈ ਹੋਈ ਹੈ ਕਹਿੰਦਾ ਲੈ ਤੂੰ ਵੀ ਇੱਥੇ ਕਹਿੰਦਾ 500 ਰੁਪਏ ਮਿਲਦਾ ਪਿਆ ਇੱਕੋ ਜੇ ਨਿਕਲੇ ਨਾ ਇੱਕੋ ਜੇ ਨਿਕਲੇ ਇਹ ਤਾਂ ਸਾਡੇ ਉਹ ਦੇਸ਼ ਵਾਲਾ ਹਿਸਾਬ ਹੀ ਹੋ ਗਿਆ ਬਿਲਕੁਲ ਉਹ ਬੰਦੇ ਨੂੰ ਚੌਕੀਦਾਰ ਲਾਇਆ ਤੂੰ ਸ਼ੇਰ ਦੀ ਰਾਖੀ ਕਰਨੀ ਆ ਉਹਦਾ ਪਿੰਜਰਾ ਕੋਲਤਾ ਹੈ ਤਾਂ ਉਹਨੂੰ ਪੁੱਛਿਆ ਕਿਸੇ ਨੇ ਕਹਿੰਦਾ ਤੂੰ ਦੱਸ ਵੀ ਇਹਦਾ ਪਿੰਜਰਾ ਕਦੋਂ ਖੁੱਲਦਾ ਕਹਿੰਦਾ ਇੰਨਾ ਖਤਰਨਾਕ ਜਾਨਵਰ ਇਹ ਕਿਹੜਾ ਹੈ ਚੋਰੀ ਕਰ ਲੈਣਾ ਹੈ ਨਾ ਸੋ ਇਸ ਕਰਕੇ ਨਾ ਸਾਨੂੰ ਦੇਸ਼ ਨੂੰ ਵੀ ਸੰਭਾਲਣਾ ਚਾਹੀਦਾ ਸਾਨੂੰ ਪੰਜਾਬ ਨੂੰ ਵੀ ਸੰਭਾਲਣਾ ਚਾਹੀਦਾ ਤੇ ਹੁਣ ਅਗਲੀ ਗੱਲ ਇਹ ਹੈਗੀ ਆ ਕਿ ਚਾਹ ਪਾਣੀ ਦਾ ਇੰਤਜ਼ਾਮ ਵੀ ਕਰਨਾ ਚਾਹੀਦਾ ਤੁਹਾਨੂੰ ਚਾਹ ਪਾਣੀ ਦਾ ਇੰਤਜ਼ਾਮ ਕਿੱਦਾਂ ਕੀ ਮਤਲਬ ਹੈ ਤੁਹਾਡਾ ਫਿਰ ਤੋਂ ਰਿਸ਼ਵਤ ਵਾਲਾ ਆ ਰਹੇ ਹੋ ਕਾਨੂੰਨ ਸਾਨੂੰ ਚਾਹ ਪੁੱਛਦੇ ਤੁਹਾਡੇ ਦਰਸ਼ਨੀ ਦੁੱਧ ਵਰਗੇ ਕਹਿਣ ਦਾ ਮਤਲਬ ਇਹ ਹੈਗਾ ਆ ਹੁਣ ਤੁਹਾਡੀ ਹੋਵੇ ਸਲਾਹਤ ਕਿ ਮੈਂ ਵੀ ਪੀ ਲਵਾਂ ਚਾਹ ਇਹ ਆਪਾਂ ਗੱਲਾਂ ਤਾਂ ਬਹੁਤ ਕਰੀ ਜਾਂਦੇ ਆ ਕਿਸੇ ਨੇ ਮੇਰੇ ਉੱਤੇ ਤਤੀ ਤਤੀ ਚਾਹ ਡੋਲਦੀ ਕਿਉਂ ਬਾਈ ਛੁੱਟਦੀ ਐ ਕਰਕੇ ਅੱਛਾ ਮੈਂ ਤੁਹਾਨੂੰ ਮੈਂ ਦੱਸਦਾ ਮੈਂ ਉਹਨੂੰ ਇਦਾਂ ਹੀ ਜਿੱਦਾਂ ਹੁਣ ਆਪਾਂ ਗੱਲਾਂ ਕਰਦੇ ਆ ਐਦਾਂ ਹੀ ਮੈਨੂੰ ਗੱਲਾਂ ਸੁਣਾਉਣ ਲੱਪਿਆਂ ਹਾਂ ਉਹਨੂੰ ਚੜ ਗਿਆ ਗੁੱਸਾ ਉਹਨੂੰ ਤਤੀ ਤਤੀ ਚਾਹ ਡੋਲਦੀ ਮੈਂ ਗਰਜਿਆ ਮੋਰੀਆ ਪੂਰਾ ਮੈਂ ਕਹਾਂ ਜੇ ਚਾਹ ਸਿੱਟੀ ਆ ਤਾਂ ਬਿਸਕਟ ਵੀ ਸਿੱਟ ਆਹਾ ਕਿਆ ਨੋਮੇ ਬਹੁਤ ਵਧੀਆ ਕੀਤਾ ਉਹ ਤਾਂ ਕਈ ਵਾਰ ਪੁੱਛਦੇ ਨੇ ਕਿ ਚਾਹ ਪੀਣਾ ਸੇਤ ਵਾਸਤੇ ਚੰਗਾ ਕਿ ਮਾੜਾ ਹਾਂਜੀ ਕਹਿੰਦਾ ਜੇ ਕੋਈ ਪਲਾਵੇ ਤਾਂ ਫਾਇਦੇਮੰਦ ਹੈ ਜੇ ਪਲਾਣੀ ਪਾਵੇ ਤਾਂ ਬੜਾ ਨੁਕਸਾਨ ਦਿੰਦੀ ਹੁਣ ਏਦਾਂ ਕਰੋ ਹੁਣ ਤੁਸੀਂ ਪਲਾ ਦਿਓ ਇਸ਼ਾਰਾ ਮੇਰਾ ਸਮਝੋ ਆਪਾਂ ਚੱਲੀਏ ਮੈਂ ਇਹ ਕਹਿ ਰਿਹਾ ਕਿ ਜਿਹੜੇ ਹੁਣ ਘਰ ਬੈਠੇ ਨੇ ਵਿਹਲੇ ਹੋ ਗਏ ਸਾਰੇ ਲੀਡਰ ਉਹਨਾਂ ਵਿੱਚ ਆ ਪਲਾ ਦਿਈਏ ਪਲਾ ਦਿਓ ਬਿਲਕੁਲ ਪਲਾ ਦਿਓ ਤਾਂ ਮੈਨੂੰ ਵੀ ਪਲਾ ਦਿਓ ਚਾਹ ਪੀਣੀ ਚਾਹੀਦੀ ਥੋੜੀ ਚੁਸਤੀ ਆਵੇ ਦਰਸਤੀ ਆਵੇ ਪਰ ਮਨ ਦੇ ਵਿੱਚ ਕੋਈ ਮਲਾਲ ਨਾ ਰੱਖੋ ਜਿੱਥੇ ਬੈਠੇ ਹੋ ਪੰਜਾਬ ਵਾਸਤੇ ਕੰਮ ਕਰੋ ਤੇ ਜਿਹੜੇ ਪੰਜਾਬ ਵਾਸਤੇ ਕੰਮ ਕਰਨ ਉਹਨਾਂ ਨੂੰ ਪੰਜਾਬ ਵਾਸਤੇ ਕੰਮ ਕਰਨ ਦਿਓ ਅੜਿੱਕਾ ਨਾ ਪਾਓ ਬਿਲਕੁਲ ਸਿਆਸਤ ਆਪਣੀ ਜਗ੍ ਤੇ ਰਿਆਸਤ ਆਪਣੀ ਜਗ੍ਹਾ ਰਿਆਸਤ ਦੇ ਲੋਕ ਆਪਣੀ ਜਗ੍ਹਾ ਉਹਨਾਂ ਦਾ ਭਵਿਕ ਆਪਣੀ ਜਗ੍ਹਾ ਕਿਉਂਕਿ ਜਿਹੜੇ ਗੁਰੂ ਸਾਹਿਬਾਨ ਅੱਗੇ ਅੱਪਾ ਮੱਥਾ ਟੇਕਦੇ ਆ ਨਾ ਉਹਨਾਂ ਦੀ ਨਸੀਅਤ ਮੰਨ ਲਈਏ ਉਹਨਾਂ ਦੀ ਗੱਲ ਮੰਨ ਲਈਏ ਤੇ ਪੰਜਾਬ ਦਾ ਤੇ ਪੰਜਾਬ ਦੇ ਵਸੀਆਂ ਦਾ ਭਲਾ ਹੋਣ ਦੇਈਏ ਇਹ ਸਾਰੇ ਜਿਹੜੇ ਬਹੁਤ ਸਿਆਸੀ ਆਗੂ ਹਾਰ ਗਏ ਨੇ ਨਾ ਉਹਨਾਂ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਨੇ ਪਈ ਅੜਿੱਕਾ ਨਾ ਪਈ ਹੁਣ ਪੰਜਾਬ ਵਸੀਆਂ ਨੂੰ ਕੰਮ ਕਰ ਲੈਣ ਦਿਓ ਕੰਮ ਕਰ ਲੈਣ ਦਿਓ ਸੋ ਇਸੇ ਤਰ੍ਹਾਂ ਦੇ ਨਾਲ ਮੈਨੂੰ ਲੱਗਦਾ ਕਿ ਆਪਾਂ ਹੁਣ ਚਲੀਏ ਤਾਂ ਚਾਹ ਦਾ ਪਿਆਲਾ ਜਿਹੜਾ ਹੈਗਾ ਉਹ ਲੈ ਕੇ ਤਾਂ ਕੁਛ ਕੁਛ ਪੀ ਲਈਏ ਅੱਦਾ ਅੱਦਾ ਤੇ ਫਿਰ ਇਜਾਜ਼ਤ ਵੀ ਲੈ ਲਈਏ ਕਿਉਂਕਿ ਸਮਾਂ ਵੀ ਹੋ ਗਿਆ ਸਮਾਂ ਵੀ ਸਮਰੱਥ ਹੈਗਾ ਹੈ ਨਾ ਸਮਾਂ ਸਮਰੱਥ ਹੈ ਬਿਲਕੁਲ ਬਿਲਕੁਲ ਆਪਾਂ ਹੁਣ ਇਹਦਾ ਨਾ ਹੋਵੇ ਵੀ ਵਕਤ ਜਿਹੜਾ ਹੈਗਾ ਉਹ ਸਾਨੂੰ ਵਕਤ ਹੀ ਪਾਦਾ ਹੈ ਨਾ ਹਾਂ ਇਹ ਵੀ ਹੋ ਸਕਦਾ ਆਪਾਂ ਚੱਲੀਏ ਸੋ ਵਕਤ ਦੀ ਕਦਰ ਕਰਦੇ ਹੋਏ ਆਪਣੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਕਰਕੇ ਆਪਾਂ ਅੱਗੇ ਵਧਦੇ ਹਾਂ ਜੀ ਜੀ ਸਤਿ ਸ਼੍ਰੀ ਅਕਾਲ ਜੀ